ਇਸ ਦੌਰਾਨ ਜਦੋਂ ਅਜੇ ਸਹਿਮਤੀ ਨਹੀਂ ਸੀ ਬਣੀ, ਗੁਰੂ ਸਾਹਿਬ ਉੱਥੇ ਬਿਠਾਇਆ ਗਿਆ ਜਿੱਥੇ ਕੱਚੀ ਕੰਧ ਸੀ, ਤਾਂ ਜੋ ਇਹ ਕੰਧ ਉਹਨਾਂ ਤੇ ਗਿਰ ਕੇ ਉਸ ਸੰਗਤ ਨੂੰ ਖਤਮ ਕੀਤਾ ਜਾ ਸਕੇ। ਦੋ ਕੰਧਾਂ ਦਾ ਜ਼ਿਕਰ ਸਿੱਖ ਇਤਿਹਾਸ ਵਿੱਚ ਬੜਾ ਕੀਮਤੀ ਹੈ। ਪਹਿਲੀ ਕੰਧ ਜੋ ਗੁਰੂ ਨਾਨਕ ਦੇਵ ਦੀ ਗਰਾਈ ਜਾਣ ਲੱਗੀ ਉਹ ਬਟਾਲੇ ਦੀ ਕੰਧ ਹੈ। ਦੂਜੀ ਕੰਧ ਜਿੱਥੇ ਗੁਰੂ ਨਾਨਕ ਦੇ ਸਿਧਾਂਤ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹ ਫਤਿਹਗੜ੍ਹ ਸਾਹਿਬ ਦੀਆਂ ਕੰਧਾਂ ਨੇ। ਛੋਟੇ ਸਾਹਿਬਜ਼ਾਦੇ ਨੂੰ ਜਿਨ੍ਹਾਂ ਵਿੱਚ ਚਲਿਆ ਦੋ ਕੰਧਾਂ ਯਾਦ ਰੱਖਣ ਵਾਲੇ। 217 ਸਾਲ ਤੋਂ ਬਾਅਦ ਤੇ ਪੂਰੇ 217 ਕਿਲੋਮੀਟਰ ਦੀ ਦੂਰੀ ਤੇ, ਜੇ ਰੋਪੜ ਵਾਲੇ ਪਾਸੇ ਆਈਏ ਆਪਾਂ, 217 ਸਾਲ ਤੋਂ ਬਾਅਦ ਪਹਿਲਾਂ ਕੰਧ ਬਣਾਈ ਗਈ ਹੈ ਜਿਸਦੇ ਹੇਠਾਂ ਗੁਰੂ ਨਾਨਕ ਨੂੰ ਦੱਬ ਕੇ ਖਤਮ ਕਰਨ ਦਾ ਯਤਨ ਕੀਤਾ, ਉਹ ਧਾਰਮਿਕ ਲੋਕਾਂ ਨੇ ਕੀਤਾ ਸੀ। ਤੇ ਜਿਹੜੀ ਦੂਸਰੀ ਕੰਧ ਬਣਾਈ ਗਈ ਹੈ ਫਤਿਹਗੜ੍ਹ ਸਾਹਿਬ, ਇਹ ਰਾਜਨੀਤਿਕ ਲੋਕਾਂ ਨੇ, ਪੋਲੀਟੀਕਲ ਲੋਕਾਂ ਨੇ ਕੀਤਾ ਕਿ ਇਸ ਵਿਚਾਰਧਾਰਾ ਨੂੰ, ਇਸ ਧਰਮ ਨੂੰ ਖਤਮ ਕੀਤਾ ਜਾਏ ਤੇ ਸਾਹਿਬਜ਼ਾਦਿਆਂ ਨੂੰ ਚਿਣਿਆ ਗਿਆ। ਹੁਣ ਦੋਵੇਂ ਗੱਲਾਂ ਦੇਖੋ, ਜਿਹੜੀ ਕੰਧ ਗੁਰੂ ਨਾਨਕ ਸਾਹਿਬ ਤੇ ਗਿਰੀ ਜਾਣੀ ਸੀ ਉਹ ਤਾਂ ਗਿਰੀ ਨਹੀਂ। ਕਿਸੇ ਮਾਈ ਨੇ ਕਹਿਤਾ ਪੁੱਤ ਕੰਧ ਗਿਰ ਜੂਗੀ, ਪਰ ਵਹਿਰਾ ਹੋ ਗਿਆ, ਉਹਨੂੰ ਨਹੀਂ ਸੀ ਪਤਾ ਵਿਚਾਰੀ ਨੂੰ ਕੀ ਸਾਰੀ ਸੀ। ਗੁਰੂ ਸਾਹਿਬ ਕਹਿੰਦੇ ਕੋਈ ਗੱਲ ਨੀ ਮਾਈ, ਇਹ ਨਹੀਂ ਗਿਰਦੀ ਤੇ ਅੱਜ ਤੱਕ ਕਾਇਮ ਆ। ਕਿਸੇ ਦੇ ਮਨ ਵਿੱਚ ਸ਼ੰਕਾ ਨਾ ਰਹਿ ਗਿਆ ਵੀ ਅਸੀਂ ਤਾਂ ਗੁਰੂ ਨਾਨਕ ਨੂੰ ਕੰਧ ਥੱਲੇ ਦੱਬਣਾ ਸੀ, ਖਤਮ ਕਰਨਾ ਸੀ, ਖਤਮ ਨਹੀਂ ਹੋਇਆ। ਤਾਂ ਗੁਰੂ ਨਾਨਕ ਦੇ ਵਾਸ ਗੁਰੂ ਗੋਬਿੰਦ ਸਿੰਘ ਨੇ ਆਪਣੇ ਲਾਲਾਂ ਨੂੰ ਕੰਧ ਦੇ ਵਿੱਚ ਵੀ ਖੜਾਇਆ ਵੀ ਜੇ ਤੁਹਾਨੂੰ ਲੱਗਦਾ ਵੀ ਕੰਧ ਵਿੱਚ ਖੜਾ ਕੇ ਨੀਹਾਂ 'ਚ ਦੱਬ ਕੇ ਇਸ ਧਰਮ ਨੂੰ, ਇਸ ਫਲਸਫੇ ਨੂੰ ਖਤਮ ਕੀਤਾ ਜਾ ਸਕਦਾ ਹੈ, ਲਓ ਤੁਹਾਡੀ ਇੱਛਾ ਵੀ ਪੂਰੀ ਕਰ। ਤੇ ਗੁਰੂ ਕੇ ਲਾਲ ਸਾਹਿਬਜ਼ਾਦੇ ਜਦੋਂ ਫਤਿਹਗੜ੍ਹ ਸਾਹਿਬ ਸਰਹੰਦ ਕਹਿੰਦੇ ਸੀ ਉਦੋਂ ਉਹਦੀਆਂ ਨੀਹਾਂ 'ਚ ਚਿਣੇ ਗਏ, ਕੰਧ ਬਣ ਗਏ, ਉਹ ਕੰਧ ਦੇ ਵਿੱਚ ਸ਼ਹੀਦ ਕੀਤੇ ਗਏ। ਉਹ ਕੰਧ ਹੀ ਇਸ ਗੱਲ ਦੀ ਗਵਾਹ ਬਣੀ ਕਿ ਉੱਥੇ ਇੱਕ ਦਿਨ ਕੇਸਰੀ ਨਿਸ਼ਾਨ ਚੁੱਲਿਆ। ਜੇ ਛੋਟੇ ਸਾਹਿਬਜ਼ਾਦਾ ਨਿਸ਼ਾਨ ਨਾਮ ਕੀ ਹੋ ਸਕਦਾ ਹੈ, ਕਦੇ ਸਿੱਖਾਂ ਦਾ ਰਾਜ ਨਾ। ਉਹ ਕੰਧ ਅੱਜ ਤੱਕ ਸਿੱਖ ਦੇ ਹਿਰਦਿਆਂ ਨੂੰ ਭੁਲਾਉਣ ਦਿੰਦੀ ਆ। ਤਾਂ ਗੁਰਮੁਖੋ, ਇਹ ਹੈ ਇਤਿਹਾਸ ਜੋ ਗੁਰੂ ਨਾਨਕ ਸਾਹਿਬ ਨੇ ਪ੍ਰਗਟ ਕੀਤਾ ਫਲਸਫਾ। ਹੁਣ ਗੁਰੂ